ਟ੍ਰੈਡੀਸ਼ਨ ਨੂੰ ਅਸੀਂ ਦੁਬਾਰਾ ਤੋਂ ਜ਼ਿੰਦਾ ਕਰ ਰਹੇ ਹਾਂ। ਬਹੁਤ ਹੀ ਅੱਛਾ ਲੱਗ ਰਿਹਾ, ਪਿੰਡਾਂ 'ਚੋਂ ਚੀਜ਼ਾਂ ਖਤਮ ਹੋ ਰਹੀਆਂ, ਅਗਰ ਅਸੀਂ ਕਾਲਜਿਸ ਵਿੱਚ ਵੀ ਨਹੀਂ ਮਨਾਵਾਂਗੇ ਤਾਂ ਬਿਲਕੁਲ ਅਲੋਪ ਹੋ ਜਾਣਗੀਆਂ। ਅਤੇ ਟੀਚਰ ਬੱਚਿਆਂ ਦੇ ਨਾਲ ਬੱਚੇ ਹੀ ਬਣ ਗਏ, ਬਿਲਕੁਲ ਬਣੇ ਹੋਏ ਨੇ ਜੀ, ਔਰ ਅਸੀਂ ਵੀ ਬਣੇ ਹੋਏ ਹਾਂ। ਮੈਂ ਐਜ਼ ਅ ਚੀਫ ਗੈਸਟ, ਮੈਨੂੰ ਮੈਡਮ ਨੇ ਬੁਲਾਇਆ, ਐਂਡ ਮੇਰੀ ਉਮਰ ਬਹੁਤ ਜ਼ਿਆਦਾ ਹੈ, 67 ਹਾਂ ਮੈਂ, ਬਟ ਆਈ ਐਮ ਫੀਲਿੰਗ ਅਮੰਗ ਦੈਮ ਟੀਨੇਜਰ। ਅੱਛਾ ਲੱਗ ਰਿਹਾ। ਫਿਰ ਦੁਬਾਰਾ ਜਿਹੜਾ ਫਿਰ ਥਰਡ ਪੈਰਾਗ੍ਰਾਫ ਨਹੀਂ ਸੁਣਾਇਆ ਮੈਂ ਉਹ ਸੁਣਾ ਦੂੰ, ਚਲੋ ਪਹਿਲਾਂ ਹੀ ਸੁਣਾ ਦਿੰਦੀ। ਕਰਦੇ ਸਾਹਮਣੇ ਦੁਕਾਨ ਖਾ ਕੇ ਲਾਚੀ ਵਾਲਾ ਪਾਨ ਪੈਸੇ ਔਰ ਉਹਦੇ ਨਾਲ ਅਸੀਂ ਸਾਡੀਆਂ ਟ੍ਰੈਡੀਸ਼ਨ ਰਹਿਣਗੀਆਂ, ਜਿੰਦਾ ਰਹਿਣਗੀਆਂ, ਨਹੀਂ ਤੇ ਖਤਮ ਹੋ ਜਾਏਗਾ, ਕਿਉਂਕਿ ਪਿੰਡਾਂ 'ਚ ਬਿਲਕੁਲ ਖਤਮ ਹੋ ਰਿਹਾ ਕਲਚਰ। ਅਤੇ ਸਾਨੂੰ ਕਾਲਜ ਕੁੜੀਆਂ ਦੇ ਕਾਲਜ ਵਿੱਚ ਖਾਸ ਕਰਕੇ ਮਨਾਉਣਾ ਚਾਹੀਦਾ ਤਾਂ ਕਿ ਜੁੜੇ ਰਹਿਣਗੇ ਬੱਚੇ, ਜਿਹੜੇ ਦੇਖਣਗੇ ਉਹ ਆਪਣੇ ਬੱਚਿਆਂ ਨੂੰ ਦੱਸਣਗੇ, ਤਾਂ ਟ੍ਰੈਡੀਸ਼ਨਸ ਵਿਲ ਬੀ ਦੇਅਰ ਰਹਿਣਗੇ। ਦਿੱਤੀ ਝੰਡੀ ਇਦਾਂ ਦੇ ਲੋਕ ਨੇ, ਮੁਖੀਆ ਇਸ ਦਾ ਹਾਜ਼ਰ ਨਾਜ਼ਰ, ਪਰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਮੈਸੇਜ ਇਹੀ ਹੈ ਜੀ, ਕੁੜੀਆਂ ਦੇ ਜਿੰਨੀ ਖੁਸ਼ੀ ਉਹ ਮੁੰਡੇ ਦੇ ਉੱਤੇ ਮਨਾਉਂਦੇ ਨੇ, ਉਹਨੇ ਕੁੜੀ ਤੇ ਵੀ ਮਨਾਉਣ, ਕਿਉਂਕਿ ਮੈਂ ਬਾਇਸ ਨਹੀਂ ਹੋਣਾ ਚਾਹੁੰਦੀ ਕਿ ਮੁੰਡੇ ਨਹੀਂ ਹੋਣੇ ਚਾਹੀਦੇ, ਸੋਸਾਇਟੀ ਦੋਨੋਂ ਹੀ ਹੋਣੇ ਚਾਹੀਦੇ ਨੇ। ਬਿਲਕੁਲ ਨਹੀਂ ਸੋਚਣਾ ਚਾਹੀਦਾ ਕਿ ਕੁੜੀ ਕੋਈ ਦਾਜਾਂ ਦਾ ਰਿਵਾਜ ਨਹੀਂ ਰਹਿ ਗਿਆ, ਨਾ ਦੇਣੇ ਚਾਹੀਦੇ ਨੇ ਨਾ ਲੈਣੇ ਚਾਹੀਦੇ, ਅੱਛੀ ਤਰ੍ਹਾਂ ਪੜ੍ਹਾਓ ਔਰ ਇਕੁਅਲ ਪਿਆਰ ਕਰੋ, ਇੱਕੋ ਜਿਹਾ ਪਿਆਰ ਕਰੋ। ਮੈਂ ਇਹ ਕਹਿਣਾ ਚਾਹੂੰਗੀ ਕਿ ਸਾਡਾ ਕਾਲਜ ਹਰ ਸਾਲ ਹੀ ਤੀਆਂ ਦਾ ਤਿਉਹਾਰ ਮਨਾਉਂਦਾ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਉਂਦਾ, ਤੇ ਇਹ ਸਾਡੇ ਵਿਰਸੇ ਦੀ ਪੂਰੀ ਬਹੁਤ ਹੀ ਵਧੀਆ ਤਰੀਕੇ ਨਾਲ ਮਹਿਫੂਜ਼ ਤਰੀਕੇ ਨਾਲ ਸੰਭਾਲ ਕਰ ਰਹੇ ਹਾਂ। ਦੂਸਰੀ ਧੰਨਵਾਦ। ਹਾਂਜੀ ਉਹ ਤੇ ਹੈਗਾ ਸੀ, ਪਰ ਸਾਡਾ ਕਾਲਜ ਪੂਰੇ ਵਧੀਆ ਤਰੀਕੇ ਨਾਲ ਉਸ ਨੂੰ ਸੰਭਾਲ ਕਰ ਰਿਹਾ ਹੈ। ਹਾਂਜੀ ਹਾਂਜੀ ਬਿਲਕੁਲ, ਹਾਂਜੀ ਸਾਡਾ ਕਾਲਜ ਬਹੁਤ ਜ਼ਿਆਦਾ ਐਕਟੀਵਿਟੀਜ਼ ਵੀ ਕਰਾਉਂਦਾ ਹੈ, ਇਸ ਨੂੰ ਲੈ ਕੇ ਸਾਡੇ ਗਿੱਧੇ ਵਿੱਚ ਵੀ ਅੱਜ ਤੁਸੀਂ ਦੇਖਿਆ ਹੋਏਗਾ ਕਿ ਉਹ ਐਕਟ ਕੀਤਾ ਸੀਗਾ, ਉਹ ਪੂਰੇ ਪੁਰਾਣੇ ਤਰੀਕੇ ਦਾ ਹੀ ਕੀਤਾ ਹੋਇਆ ਸੀਗਾ। ਆਪਣੀ ਆਪਣੀ ਅੱਖ ਹੈ ਯਾਰਾ, ਪਰਿਵਾਰ ਦੇ ਨਾਲ ਵੀ ਸਾਂਝਾ ਕੀਤਾ, ਪਿਛਲੇ ਹਫ਼ਤੇ ਹੀ ਕੀਤਾ ਸੀਗਾ ਹਜੇ, ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਇਹੋ ਸਲਾਹ ਦਊਂਗੀ ਕਿ ਪੂਰੇ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲੋ ਤੇ ਵਧੀਆ ਤੋਂ ਵਧੀਆ ਤਰੀਕੇ ਨਾਲ ਮਨਾਇਆ ਕਰੋ ਤੀਜ ਦੇ ਤਿਉਹਾਰ।